ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਬਰੀਫ ਪੰਜਾਬ ਚੈਨਲ ਵਿੱਚ। ਦੋਸਤੋ, ਜਦੋਂ ਜੂਨ 1984 ਵਿੱਚ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਜਿਸ ਵੇਲੇ 6 ਜੂਨ ਨੂੰ ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਸ਼ਹੀਦੀ ਪਾ ਗਏ ਸਨ। ਅੱਜ ਦੀ ਵੀਡੀਓ ਵਿੱਚ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀਆਂ ਅੰਤਿਮ ਰਸਮਾਂ ਕਿਵੇਂ ਕੀਤੀਆਂ ਗਈਆਂ ਸਨ। ਇਸ ਵੀਡੀਓ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਉਸ ਵਕਤ ਦੀ ਸਰਕਾਰ ਨੇ ਬਾਬਤ ਹੋਣਗੇ, ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ। ਜਿਸ ਵੇਲੇ ਸੰਤ ਸ਼ਹੀਦੀ ਪ੍ਰਾਪਤ ਕਰ ਗਏ ਸਨ ਤਾਂ ਉਸ ਵਕਤ ਫੌਜ ਨੇ ਆਪਣੀ ਕਾਰਵਾਈ ਜਾਇਜ਼ ਠਹਿਰਾਉਣ ਅਤੇ ਭਾਰਤ ਦੀ ਜਨਤਾ ਦੇ ਸਾਹਮਣੇ ਆਪਣੀ ਵਾਹਵਾ ਕਰਵਾਉਣ ਵਾਸਤੇ ਡਾਕਟਰ ਬਲਦੇਵ ਸਿੰਘ ਪ੍ਰਕਾਸ਼ ਸਾਬਕਾ MP ਦੀ ਅਗਵਾਈ ਹੇਠ ਆਮ ਲੋਕਾਂ ਨੂੰ ਸੰਤ ਭਿੰਡਰਾਂ ਵਾਲਿਆਂ ਅਤੇ ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਲਾਸ਼ਾਂ ਵਿਖਾਉਣ ਦਾ ਪ੍ਰੋਗਰਾਮ ਬਣਾਇਆ ਸੀ, ਜਿਹੜੇ ਖਾੜਕੂ ਲਹਿਰ ਦਾ ਵਿਰੋਧ ਕਰਦੇ ਸਨ। ਪਰ ਜਦੋਂ ਪੂਰੇ ਦੇਸ਼ ਵਿੱਚ ਸਿੱਖਾਂ ਨੇ ਦਰਬਾਰ ਸਾਹਿਬ ਵੱਲ ਕੂਚ ਕਰ ਦਿੱਤਾ ਤਾਂ ਐਡੇ ਵੱਡੇ ਜਮਵਾੜੇ ਨੂੰ ਦੇਖ ਕੇ ਫਿਰਕੂ ਸਰਕਾਰ ਦਾ ਇਹ ਪ੍ਰੋਗਰਾਮ ਵਿੱਚੇ ਹੀ ਰਹਿ ਗਿਆ। ਸੰਤ ਭਿੰਡਰਾਂ ਵਾਲਿਆਂ ਦੀ ਮ੍ਰਿਤਕ ਦੇਹ ਦਾ 8 ਵਜੇ ਦੇ ਕਰੀਬ ਡਾਕਟਰ ਕੰਗ ਦੀ ਅਗਵਾਈ ਹੇਠ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਸੰਤਾਂ ਦੇ ਸਰੀਰ ਉੱਤੇ 14 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ 7 ਗੋਲੀਆਂ ਸਿਰ ਦੇ ਇੱਕ ਪਾਸੇ, 2 ਗੋਲੀਆਂ ਛਾਤੀ ਵਿੱਚ, 1 ਗੋਲੀ ਡੌਲੇ ਵਿੱਚ, 3 ਗੋਲੀਆਂ ਪੈਰਾਂ ਵਿੱਚ, 1 ਲੱਤ ਦੀ ਪਿੰਨੀ ਵਿੱਚ ਲੱਗੀ ਸੀ। ਇਹਨਾਂ 14 ਗੋਲੀਆਂ ਵਿੱਚੋਂ 11 ਗੋਲੀਆਂ ਸਾਹਮਣੇ ਵਾਲੇ ਪਾਸਿਓਂ ਲੱਗੀਆਂ ਸਨ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਸਿੱਖ ਕੌਮ ਦੇ ਅਣਖੀਲੇ ਸੂਰਮੇ ਨੇ ਆਹਮੋ ਸਾਹਮਣੇ ਹੋ ਕੇ ਵੈਰੀ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ, ਨਾ ਕਿ ਕਾਇਰਾਂ ਵਾਂਗ ਪਿੱਠ 'ਤੇ ਗੋਲੀ ਖਾਧੀ ਸੀ। ਪੋਸਟਮਾਰਟਮ ਸਮੇਂ ਬੀ ਡਿਵੀਜ਼ਨ ਥਾਣੇ ਦੇ 3 ਹੌਲਦਾਰ ਗੁਲਜ਼ਾਰ ਸਿੰਘ, ਤਰਲੋਕ ਸਿੰਘ ਅਤੇ ਅਰਜਨ ਸਿੰਘ ਉੱਥੇ ਮੌਜੂਦ ਸਨ। ਹੌਲਦਾਰ ਗੁਲਜ਼ਾਰ ਸਿੰਘ ਪਿੰਡ ਜੌੜਾ, ਜੋ ਬਾਅਦ ਵਿੱਚ ASI ਬਣ ਕੇ ਰਿਟਾਇਰ ਹੋਇਆ ਸੀ, ਉਸਦੇ ਅਨੁਸਾਰ ਉਸਨੇ ਸੰਤਾਂ ਨੂੰ ਚੰਗੀ ਤਰ੍ਹਾਂ ਪਹਿਚਾਣ ਲਿਆ ਸੀ ਅਤੇ ਉਹਨਾਂ ਦੇ ਸਰੀਰ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨ ਵੀ ਦੇਖੇ ਸਨ। ਉਹਨਾਂ ਦੀ 1 ਲੱਤ ਗੋਲੀਆਂ ਲੱਗਣ ਕਾਰਨ ਲਮਕ ਚੁੱਕੀ ਸੀ। ਗੁਲਜ਼ਾਰ ਸਿੰਘ ਨੇ ਭਾਵੁਕ ਹੋ ਕੇ ਸ਼ਰਧਾ ਦੇ ਨਾਲ ਸੰਤਾਂ ਦੁਆਲੇ ਪਰਿਕਰਮਾ ਕੀਤੀ ਅਤੇ ਸੰਤਾਂ ਉੱਪਰ 1 ਡੱਬੀ ਵਾਲੀ ਚਾਦਰ ਪਾ ਦਿੱਤੀ। ਜਦੋਂ ਹੌਲਦਾਰ ਗੁਲਜ਼ਾਰ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਸੰਤਾਂ ਨੂੰ ਕਿਵੇਂ ਪਹਿਚਾਣਿਆ ਤਾਂ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਸਦੇ ਸਕੇ ਭਰਾ ਬਖਸ਼ੀਸ਼ ਸਿੰਘ ਨੂੰ ਬਲਿਊ ਸਟਾਰ ਤੋਂ ਪਹਿਲਾਂ NSA ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਕੇਸ ਦੀ ਪੈਰਵਾਈ ਕਰਨ ਲਈ ਉਹ ਸੰਤਾਂ ਨੂੰ ਅਕਸਰ ਮਿਲਦਾ ਜੁਲਦਾ ਰਹਿੰਦਾ ਸੀ। ਕਾਰ ਸੇਵਾ ਵਾਲੇ ਬਾਬਾ ਬੁੱਧ ਸਿੰਘ ਜੀ ਹਵੇਲੀ ਰਾਂਝੇ ਵਾਲੀ ਨੇੜੇ ਸ਼ਮਸ਼ਾਨ ਘਾਟ ਸ਼ਹੀਦਾਂ ਅੰਮ੍ਰਿਤਸਰ ਅਨੁਸਾਰ ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਰਾਤ 10 ਵਜੇ ਦੇ ਕਰੀਬ ਸ਼ਹੀਦਾਂ ਵਾਲੇ ਸ਼ਮਸ਼ਾਨ ਘਾਟ ਵਿੱਚ ਲਿਆਂਦੀਆਂ ਗਈਆਂ ਸਨ। ਉਸ ਸਮੇਂ ਉਹਨਾਂ ਦੇ ਨਾਲ 150 ਦੇ ਕਰੀਬ ਫੌਜੀ ਜਵਾਨ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਵੀ ਮੌਜੂਦ ਸੀ। ਬਾਬਾ ਬੁੱਧ ਸਿੰਘ ਅਨੁਸਾਰ ਉਹ ਆਪਣਾ ਭੇਸ ਬਦਲ ਕੇ ਪਾਟੇ ਕੱਪੜੇ ਪਾ ਕੇ ਸ਼ਮਸ਼ਾਨ ਘਾਟ ਦੇ ਨੇੜੇ ਮੱਲਾਂ ਦੇ ਅਖਾੜੇ ਵਿੱਚ ਮੌਜੂਦ ਸਨ, ਜਿਸ ਅਖਾੜੇ ਦੀ 1 ਕੰਧ ਸ਼ਮਸ਼ਾਨ ਘਾਟ ਦੀ ਨਾਲ ਸਾਂਝੀ ਸੀ, ਜਿੱਥੋਂ ਉਹ ਸਾਰਾ ਦ੍ਰਿਸ਼ ਦੇਖ ਰਹੇ ਸਨ। ਸ਼ਮਸ਼ਾਨ ਘਾਟ ਦੇ ਵਿੱਚ 2 ਪੁਲਿਸ ਮੁਲਾਜ਼ਮਾਂ ਨੇ ਗੱਡੀ ਦੇ ਵਿੱਚ ਹੀ ਸੰਤਾਂ ਅਤੇ ਅਮਰੀਕ ਸਿੰਘ ਦੀਆਂ ਦੇਹਾਂ ਦਾ ਇਸ਼ਨਾਨ ਕਰਵਾਇਆ। ਫੌਜ ਦੀ ਗੱਡੀ ਭੇਜ ਕੇ ਗੁਰਦੁਆਰਾ ਸ਼ਹੀਦਾਂ ਤੋਂ ਮਨਜੀਤ ਸਿੰਘ ਗ੍ਰੰਥੀ ਨੂੰ ਅਰਦਾਸ ਕਰਨ ਲਈ ਬੁਲਾਇਆ ਗਿਆ। ਉਹ ਗ੍ਰੰਥੀ ਚਿਖਾ ਉੱਤੇ ਪਾਉਣ ਲਈ ਘਿਓ ਗੁਰਦੁਆਰੇ ਵਿੱਚੋਂ ਹੀ ਲੈ ਕੇ ਆਇਆ ਸੀ। ਉਸਨੇ ਅਰਦਾਸ ਕਰਨ ਤੋਂ ਪਹਿਲਾਂ ਲਾਸ਼ਾਂ ਦਾ ਮੂੰਹ ਦਿਖਾਉਣ ਲਈ ਕਿਹਾ, ਪਰ ਮੁਲਾਜ਼ਮਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਕੁਝ ਫੌਜੀ ਅਧਿਕਾਰੀਆਂ ਨੇ ਲਾਸ਼ਾਂ ਚਿਖਾ ਉੱਤੇ ਰੱਖ ਕੇ ਤੇਲ ਪਾ ਕੇ ਅੱਗ ਲਾਉਣ ਲਈ ਕਿਹਾ, ਪਰ ਉੱਥੇ ਹੀ ਮੌਜੂਦ ਕੁਝ ਪੁਲਿਸ ਮੁਲਾਜ਼ਮਾਂ ਨੇ ਮਰਿਆਦਾ ਅਨੁਸਾਰ ਸੰਸਕਾਰ ਕਰਨ ਲਈ ਵੀ ਜ਼ਿੱਦ ਹੋ ਗਏ। ਕਰਫਿਊ ਲੱਗਾ ਹੋਣ ਕਰਕੇ ਦੁਕਾਨਾਂ ਬੰਦ ਹੋਣ ਕਾਰਨ 1 ਦੁਕਾਨ ਖੁਲ੍ਹਾ ਕੇ ਕਫਨ ਅਤੇ ਉੱਥੋਂ ਉੱਤੇ ਪਾਉਣ ਵਾਸਤੇ ਕੱਪੜਾ ਲਿਆਂਦਾ ਗਿਆ। 2 ਪੁਲਿਸ ਮੁਲਾਜ਼ਮਾਂ ਵੱਲੋਂ ਵੱਖ ਵੱਖ 2 ਚਿਖਾਂ ਤਿਆਰ ਕੀਤੀਆਂ ਗਈਆਂ। ਪੁਲਿਸ ਮੁਲਾਜ਼ਮ ਗੰਗਾ ਰਾਮ ਨੇ ਚਿਖਾਂ ਨੂੰ ਅਗਨੀ ਭੇਟ ਕੀਤੀ ਸੀ। ਅਗਲੇ ਦਿਨ ਹੀ DC ਰਮੇਸ਼ ਇੰਦਰ ਦੀ ਨਿਗਰਾਨੀ ਹੇਠ ਸੰਤਾਂ ਦੇ ਫੁੱਲ ਇਕੱਠੇ ਕਰਕੇ ਚੁਗ ਲਏ ਗਏ ਸਨ। ਸੰਤਾਂ ਦੇ ਫੁੱਲ 14 ਜੂਨ 1984 ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ ਗਏ ਸਨ, ਜਿਸ ਦਾ ਰਿਕਾਰਡ ਗੁਰਦੁਆਰਾ ਪਤਾਲਪੁਰੀ ਦੇ ਰਜਿਸਟਰ ਵਿੱਚ ਮੌਜੂਦ ਹੈ।
ਸੋ ਇਹ ਸੀ ਸ਼ਹੀਦੀ ਦਾਸਤਾਨ ਸੰਤ ਭਿੰਡਰਾਂ ਵਾਲਿਆਂ ਦੀ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਦੀ। ਸੋ ਦੋਸਤੋ, ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।